ਮਤਲਬ ਉਹਨਾਂ ਨਾਲ ਤੁਹਾਡੀ ਗੱਲਬਾਤ ਹੋਈ ਸੀ ਫੋਨ ਦੇ ਉੱਤੇ, ਉਹਨਾਂ ਨੂੰ ਸਮਝਾਇਆ? ਡੱਲੇਵਾਲ ਸਾਹਿਬ ਨੇ ਤਾਂ ਫੋਨ ਨਹੀਂ ਚੱਕਿਆ, ਸਰਵਣ ਨਾਲ ਮੇਰੀ ਹੁੰਦੀ ਰਹੀ। ਦੇਰ ਉਹਨਾਂ ਨੂੰ ਤੁਸੀਂ ਇਹ ਗੱਲ ਕਹੀ ਕਿ ਧਿਆਨ ਰੱਖਿਓ ਆਪਣਾ, ਐਕਸ਼ਨ ਉਧਰਲੇ ਪਾਸੋਂ ਹੋ ਸਕਦਾ। ਉਹਨਾਂ ਦਾ ਰਾਬਤੇ 'ਚ ਮੈਂ ਬਸ ਕੱਲ੍ਹ ਨਹੀਂ ਫੋਨ ਕੀਤਾ, ਵੈਸੇ ਰਾਬਤੇ 'ਚ ਰਹਿੰਦੇ ਹਾਂ ਅਸੀਂ। ਅਸੀਂ ਉਹਨਾਂ ਦੇ ਸਮਰਥਨ ਦੇ ਵਿੱਚ ਉਹਨਾਂ ਦੇ ਸਾਥੀਆਂ ਨੂੰ ਫੋਨ ਕਰਕੇ ਵੀ ਕਿਹਾ ਵੀ ਤਕੜੇ ਰਹੋ, ਅਤੇ ਅਸੀਂ ਇਹ ਵੀ ਰਿਹਾ ਵੀ ਬਚ ਵੀ ਥੋੜ੍ਹਾ ਜਿਹਾ ਬਚ ਕੇ ਪੈਰ ਧਰੋ ਅਤੇ ਵੱਡੇ ਨੁਕਸਾਨ ਤੋਂ ਬਚਾ ਰੱਖਿਓ। ਮੈਂ ਤੁਹਾਡਾ ਵੀ ਕਾਟਰ ਇੰਤਜ਼ਾਰ ਕਰਦਾ ਹੋਊਗਾ, ਸ਼ਾਇਦ ਤੁਹਾਨੂੰ ਵੀ ਮੈਸੇਜ ਆਉਂਦੇ ਹੋਣਗੇ, ਲੋਕ ਸੁਨੇਹੇ ਵੀ ਦਿੰਦੇ ਹੋਣਗੇ ਕਿ ਆਪਾਂ ਨੂੰ ਜਾਣਾ ਚਾਹੀਦਾ। ਕਿਉਂਕਿ ਸਾਡੇ ਕਾਡਰ ਦੇ ਵਿੱਚ ਸਾਡਾ ਇਹੋ ਜਿਹਾ ਕੋਈ ਅਣਜਾਣ ਕਾਡਰ ਨਹੀਂ ਹੈ, ਸਾਡਾ ਕਾਡਰ ਕੋਈ ਕਾਹਲੀ ਨਾਲ ਸਟੈਪ ਨਹੀਂ ਲੱਗਦਾ। ਸਾਡੇ ਕਾਡਰ ਨੇ ਕਦੇ ਸਾਨੂੰ ਮਜਬੂਰ ਨਹੀਂ ਕੀਤਾ, ਕਿਉਂਕਿ ਅਸੀਂ ਹਰ ਗੱਲ ਨੂੰ ਅਸੀਂ ਘਸੀਟੇ ਨਹੀਂ ਜਾਂਦੇ, ਅਸੀਂ ਕਿਤੇ ਧੂਏ ਨਹੀਂ ਜਾਂਦੇ। ਚੌਧਰ ਦੀ ਲੜਾਈ ਹੈ ਕਿ ਸਿਰਫ ਇੰਤਜ਼ਾਰ ਇਸੀ ਗੱਲ ਦਾ ਕਿ ਉਹ ਫੋਨ ਕਰਨਗੇ ਜਾਂ ਅਸੀਂ ਫੋਨ ਕਰਾਂਗੇ। ਵੀ ਚੱਲ ਤੁਸੀਂ ਕਹਿ ਲਓ ਵੀ ਇਹ ਚੌਧਰ ਦੀ ਲੜਾਈ ਹੈ, ਐਂ ਨਹੀਂ ਹੁੰਦਾ, ਚੌਧਰ ਦੀ ਲੜਾਈ ਨਹੀਂ। ਜਥੇਬੰਦੀਆਂ ਦੇ ਕੁਛ, ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਜਥੇਬੰਦੀਆਂ ਦੇ ਅਬ ਅਸੂਲ ਹੋਣੇ। ਕਿ ਤੁਸੀਂ ਰੇਲਾਂ ਜਾਮ ਕਰ ਦਿੱਤੀਆਂ, ਬਹੁਤੇ ਲੋਕਾਂ ਨੇ ਸਵਾਲ ਕੀਤੇ, ਕਹਿੰਦੇ ਕੁਛ ਸਮੇਂ ਦੇ ਲਈ ਰੇਲਾਂ ਜਾਮ ਕਰਕੇ ਖੱਜਲ ਖੁਆਰੀ ਤਾਂ ਲੋਕਾਂ ਨੂੰ ਹੋ ਗਈ, ਕਹਿੰਦੇ ਕਹਿੰਦੇ ਰੇਲਾਂ 'ਚ ਕਿਹੜਾ ਅਮਿਤ ਸ਼ਾਹ ਜਾਂ ਮੋਦੀ ਨੇ ਬਹਿ ਕੇ ਜਾਣਾ ਸੀਗਾ, ਕਹਿੰਦੇ ਲੋਕ ਪਰੇਸ਼ਾਨ ਹੋ ਰਹੇ। ਜਦੋਂ ਕੋਈ ਐਕਟੀਵਿਟੀ ਹੁੰਦੀ ਹੈ ਕਿਸੇ ਨਾ ਕਿਸੇ ਨਾਲ, ਅਸੀਂ ਨਹੀਂ ਪਰੇਸ਼ਾਨ ਹੁੰਦੇ, ਉੱਤੇ ਘਰ ਛੱਡ ਕੇ ਸੜਕਾਂ ਦੀਆਂ ਲੀਹਾਂ 'ਤੇ ਬੈਠੇ ਹਾਂ, ਪਰੇਸ਼ਾਨ ਤਾਂ ਹੁੰਦੇ ਹੁੰਦੇ, ਕਿਉਂਕਿ ਪਰੇਸ਼ਾਨ ਅਸੀਂ ਤਾਂ ਪਰੇਸ਼ਾਨੀ 'ਚੋਂ ਜੰਮੇ ਪਰੇਸ਼ਾਨੀ 'ਚੋਂ, ਸਾਡੇ ਤਾਂ ਨਿੱਤ ਪਰੇਸ਼ਾਨੀਆਂ, ਰੋਜ਼ ਹੀ ਪਰੇਸ਼ਾਨੀਆਂ ਰਹਿੰਦੀਆਂ। ਪੰਜਾਬ ਦੇ ਕਿਸਾਨ ਸ਼ੰਭੂ ਅਤੇ ਖਨੌਰੀ ਬਾਰਡਰ ਬੈਠੇ ਹੋਏ ਨੇ, ਔਰ ਬਹੁਤ ਸਾਰੇ ਜੋ ਪੰਜਾਬ ਦਾ ਇਸ ਵੇਲੇ ਦਰਦ ਰੱਖਦੇ ਨੇ ਉਹ ਇਹ ਗੱਲ ਕਹਿ ਰਹੇ ਨੇ ਕਿ ਬਾਕੀ ਜਥੇਬੰਦੀਆਂ ਨੂੰ ਵੀ ਸ਼ੰਭੂ ਅਤੇ ਖਨੌਰੀ ਜਾਣਾ ਚਾਹੀਦਾ, ਔਰ ਉਸਦੇ ਵਿੱਚ ਸਭ ਤੋਂ ਜ਼ਿਆਦਾ ਨਜ਼ਰਾਂ ਉਗਰਾਹਾਂ ਜਥੇਬੰਦੀ ਦੇ ਉੱਤੇ ਸੀ, ਕਿਉਂਕਿ ਪੰਜਾਬ 'ਚ ਸਭ ਤੋਂ ਵੱਡਾ ਕਾਡਰ ਉਗਰਾਹਾਂ ਆਉਂਦਾ। ਸਾਡੇ ਨਾਲ ਜੋਗਿੰਦਰ ਸਿੰਘ ਉਗਰਾਹਾਂ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਉਗਰਾਹਾਂ ਸਾਹਿਬ ਬਹੁਤ ਸਵਾਗਤ। ਧੰਨਵਾਦ ਜੀ, ਧੰਨਵਾਦ। ਮੈਂ ਜਿਵੇਂ ਜ਼ਿਕਰ ਕੀਤਾ ਕਿ ਪੰਜਾਬ ਦਾ ਜਿਹੜਾ ਇਸ ਵੇਲੇ ਲੋਕ ਦਰਦ ਰੱਖ ਰਹੇ ਨੇ ਉਹਨਾਂ ਦੀ ਨਜ਼ਰਾਂ ਤੁਹਾਡੇ ਕਾਡਰ ਦੇ ਉੱਤੇ ਨੇ, ਕਿਉਂਕਿ ਕਹਿੰਦੇ ਕਿ ਉਗਰਾਹਾਂ ਸਾਹਿਬ ਹੋਣੀ ਜੇ ਉੱਥੇ ਚਲੇ ਗਏ ਤਾਂ ਇੱਕ ਵੱਡਾ ਬਲ ਮਿਲ ਜੂਗਾ, ਤੁਹਾਡੀ ਸਭ ਤੋਂ ਵੱਡੀ ਜਥੇਬੰਦੀ ਹੈ। ਕਿੱਥੇ ਦੇਰੀ ਰਹਿ ਰਹੀ ਹੈ, ਕੀ ਘਾਟ ਲੱਗ ਰਹੀ ਹੈ, ਕਿਉਂ ਨਹੀਂ ਤੁਸੀਂ ਸ਼ੰਭੂ ਦੇ ਖਨੌਰੀ ਜਾ? ਦੇਖੋ, ਜਿੱਥੇ ਤੱਕ ਤਾਂ ਜਾਣ ਦਾ ਸਵਾਲ ਹੈ, ਜਾਣ ਵਾਲੀ ਤਾਂ ਕੁਛ ਸੀਮਤਾਈਆਂ ਹੁੰਦੀਆਂ ਨੇ, ਕਿਸੇ ਵੀ ਜਥੇਬੰਦੀ ਦੀਆਂ ਕੋਈ ਹੱਦਾਂ ਹੁੰਦੀਆਂ ਨੇ, ਉਹਨਾਂ ਦਾ ਘੇਰਾ ਹੁੰਦਾ ਉੱਥੋਂ, ਉਹ ਸੀਮਤਾਈਆਂ ਲੰਘ ਕੇ ਨਹੀਂ ਜਾ ਸਕਦੇ, ਜਾਣ ਦਾ ਤਾਂ ਇਹ ਸਵਾਲ ਹੈ। ਜਿੱਥੋਂ ਤੱਕ ਉਹਨਾਂ ਦੇ ਸਮਰਥਨ ਦਾ ਸਵਾਲ ਹੈ, ਅਸੀਂ ਉਹਨਾਂ ਦੇ ਸਮਰਥਨ ਦੇ ਵਿੱਚ ਉਹਨਾਂ ਦੇ ਸਾਥੀਆਂ ਨੂੰ ਫੋਨ ਕਰਕੇ ਵੀ ਕਿਹਾ ਵੀ ਤਕੜੇ ਰਹੋ, ਅਤੇ ਅਸੀਂ ਇਹ ਵੀ ਰਿਹਾ ਵੀ ਬਚ ਵੀ ਥੋੜ੍ਹਾ ਜਿਹਾ ਬਚ ਕੇ ਪੈਰ ਧਰੋ ਅਤੇ ਵੱਡੇ ਨੁਕਸਾਨ ਤੋਂ ਬਚਾ ਰੱਖਿਓ। ਉਹ ਅਸੀਂ ਜਦੋਂ ਵੀ ਕੋਈ ਗੱਲ ਆਉਂਦੀ ਹੈ ਤੁਹਾਡੇ ਐਕਸ਼ਨ ਦੀ, ਉਹਦੇ ਨਾਲ ਸਾਨੂੰ ਜਿਹੜਾ ਇਤਰਾਜ਼ ਜੋ ਕੋਈ ਸਰਕਾਰ ਵੱਲੋਂ ਐਕਸ਼ਨ ਹੁੰਦਾ, ਅਸੀਂ ਉਹਦੇ ਰੋਸ 'ਚੋਂ ਵੀ। ਡੱਲੇਵਾਲ ਉਹਨਾਂ ਨਾਲ ਤੁਹਾਡੀ ਗੱਲਬਾਤ ਹੋਈ ਸੀ ਫੋਨ ਦੇ ਉੱਤੇ, ਉਹਨਾਂ ਨੂੰ ਸਮਝਾਇਆ? ਡੱਲੇਵਾਲ ਸਾਹਿਬ ਨੇ ਤਾਂ ਫੋਨ ਨਹੀਂ ਚੱਕਿਆ, ਸਰਵਣ ਨਾਲ ਮੇਰੀ ਹੁੰਦੀ ਰਹੀ। ਪੰਦੇਰ, ਉਹਨਾਂ ਨੂੰ ਤੁਸੀਂ ਇਹ ਗੱਲ ਕਹੀ ਕਿ ਧਿਆਨ ਰੱਖਿਓ ਆਪਣਾ, ਐਕਸ਼ਨ ਉਧਰਲੇ ਪਾਸੋਂ ਹੋ ਸਕਦਾ। ਉਹਨਾਂ ਦਾ ਰਾਬਤੇ 'ਚ ਮੈਂ ਬਸ ਕੱਲ੍ਹ ਨਹੀਂ ਫੋਨ ਕੀਤਾ, ਵੈਸੇ ਰਾਬਤੇ 'ਚ ਰਹਿੰਦੇ ਹਾਂ ਅਸੀਂ, ਕਿਉਂਕਿ ਕੱਲ੍ਹ ਮੇਰੇ ਆਪਦੇ ਰਜੇਵੇਂ ਸੀ, ਮੇਰਾ ਵੀ ਮੋਬਾਈਲ ਬੰਦ ਸੀ, ਸਾਡੀ ਮੀਟਿੰਗ ਚੱਲਦੀ ਸੀ, ਵੈਸੇ ਉਹ ਪਰਸੋਂ ਮੇਰੀ ਗੱਲ ਹੋਈ ਹੈ ਸਰ। ਹਾਲਾਂਕਿ ਉਗਰਾਨ ਸਾਹਿਬ, ਇਹ ਸਵਾਲ ਅਸੀਂ ਡੱਲੇਵਾਲ ਨੂੰ ਵੀ ਪੁੱਛਿਆ, ਇਹ ਪੰਦੇਰੋਣਾ ਵੀ ਪੁੱਛਿਆ ਕਿ ਇਹ ਚੌਧਰ ਦੀ ਲੜਾਈ ਹੈ, ਤੁਸੀਂ ਕਿਉਂ ਨਹੀਂ ਉਹਨਾਂ ਜਥੇਬੰਦੀਆਂ ਨੂੰ ਬੁਲਾ ਲੈਂਦੇ, ਕਿਉਂਕਿ ਮੁੱਠੀ ਬੰਦ ਰਹੂਗੀ ਤਾਂ ਏਕਾ ਰਹਿਣਾ ਹੈ, ਔਰ ਜੇ ਮੁੱਠੀ ਖੁੱਲੂਗੀ ਤਾਂ ਤਾਕਤ ਉਹ ਖਿੰਡੂਗੀ, ਤਾਂ ਉਹ ਕਹਿੰਦੇ ਸੀ ਕਿ ਨਹੀਂ ਉਹ ਆਪ ਵੀ ਆ ਸਕਦੇ ਨੇ। ਮੈਂ ਉਹੀ ਸਵਾਲ ਤੁਹਾਨੂੰ ਪੁੱਛਦਾ, ਕੀ ਲੱਗਦਾ ਕਿ ਇਹ ਚੌਧਰ ਦੀ ਲੜਾਈ ਹੈ ਕਿ ਸਿਰਫ ਇੰਤਜ਼ਾਰ ਇਸੀ ਗੱਲ ਦਾ ਕਿ ਉਹ ਫੋਨ ਕਰਨਗੇ ਜਾਂ ਅਸੀਂ ਫੋਨ ਕਰਾਂਗੇ? ਨਹੀਂ, ਮੈਨੂੰ ਨਹੀਂ ਲੱਗਦਾ ਚੌਧਰ ਦੀ, ਚੱਲ ਤੁਸੀਂ ਕਹਿ ਲਓ ਵੀ ਇਹ ਚੌਧਰ ਦੀ ਲੜਾਈ ਹੈ, ਐਂ ਨਹੀਂ ਹੁੰਦਾ, ਚੌਧਰ ਦੀ ਲੜਾਈ ਨਹੀਂ। ਜਥੇਬੰਦੀਆਂ ਦੇ ਕੁਛ, ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਜਥੇਬੰਦੀਆਂ ਦੇ ਅਬ ਅਸੂਲ ਨੇ, ਕੋਈ ਜਥੇਬੰਦੀ ਐਕਸ਼ਨ ਲੀ ਪਲੈਨ ਕਰ ਸਕਦੀ ਹੈ, ਉਹਨੂੰ ਅਧਿਕਾਰ ਹੈ, ਉਹ ਕਿਸੇ ਪਾਸੇ ਦਿੱਲੀ ਨੂੰ ਮਾਰਚ ਕਰਦੇ, ਚੰਡੀਗੜ੍ਹ ਨੂੰ ਮਾਰਚ ਕਰਦੇ, ਉਹਨੂੰ ਅਧਿਕਾਰ ਹੈ, ਕਿਹੜੀਆਂ ਮੰਗਾਂ 'ਤੇ ਕਰਨਾ ਉਹਨੂੰ ਅਧਿਕਾਰ ਹੈ, ਤਰੀਕਾ ਕੀ ਹੋਵੇ ਉਹਨੂੰ ਅਧਿਕਾਰ ਹੈ। ਸਾਡੀ ਸਾਂਝ ਦਾ ਜਿੱਥੋਂ ਤੱਕ ਸਵਾਲ ਹੈ ਵੀ ਸਾਡੀ ਸਾਂਝ ਕੀ ਹੋਵੇ, ਅਸੀਂ ਅੱਡ ਹੋ ਕੇ ਵੀ ਇੱਕ ਕਿਵੇਂ ਦਿਖੀਏ,
ਉਹ ਜਦੋਂ ਸਰਕਾਰ ਦਾ ਜ਼ਬਰ ਹੁੰਦਾ ਉਦੋਂ, ਜਦੋਂ ਕੋਈ ਧੱਕਾ ਕਰਦੀ ਹੈ ਸਰਕਾਰ ਉਦੋਂ, ਜਦੋਂ ਸਰਕਾਰ ਕੋਈ ਐਕਸ਼ਨ ਉਹਨਾਂ ਨੂੰ ਕਰਨ ਨਾ ਦੇਵੇ ਉਦੋਂ, ਉਦੋਂ ਅਸੀਂ ਚੁੱਪ ਰਹਿੰਦੇ ਹਾਂ ਜਾਂ ਅਸੀਂ ਬੋਲਦੇ ਹਾਂ। ਉਹ ਤੁਸੀਂ ਦੇਖ ਸਕਦੇ ਹੋ, ਉਹ ਅਸੀਂ ਲਗਾਤਾਰ ਐਕਟਿਵ ਹਾਂ ਅਤੇ ਲਗਾਤਾਰ ਅਸੀਂ ਇਹਦਾ ਵਿਰੋਧ ਕੀਤਾ ਵੀ ਤੁਹਾਡੇ ਕੰਧਾਂ ਕੱਢਣੀਆਂ ਵੀ ਨਜਾਇਜ਼ ਨੇ, ਰੋਕਾਂ ਲਾਉਣੀਆਂ ਵੀ ਨਜਾਇਜ਼ ਨੇ, ਅਥਰੂ ਗੈਸ ਦੇ ਗੋਲੇ ਮਾਰਨੇ ਵੀ ਤੁਹਾਡੇ ਨਜਾਇਜ਼ ਨੇ। ਇਹਦਾ ਤਾਂ ਅਸੀਂ ਪ੍ਰੋਟੈਸਟ ਤੁਹਾਨੂੰ 15 ਤਰੀਕ ਨੂੰ ਰੇਲਾਂ ਜਾਮ ਕੀਤੇ ਨੇ, ਤੁਸੀਂ ਦੇਖਿਆ ਕਰਕੇ। ਹਾਲਾਂਕਿ ਤੁਸੀਂ ਰੇਲਾਂ ਜਾਮ ਕਰ ਦਿੱਤੀਆਂ, ਬਹੁਤੇ ਲੋਕਾਂ ਨੇ ਸਵਾਲ ਕੀਤੇ, ਕਹਿੰਦੇ ਕੁਛ ਸਮੇਂ ਦੇ ਲਈ ਰੇਲਾਂ ਜਾਮ ਕਰਕੇ ਖੱਜਲ ਖੁਆਰੀ ਤਾਂ ਲੋਕਾਂ ਨੂੰ ਹੋ ਗਈ, ਕਹਿੰਦੇ ਕਹਿੰਦੇ ਰੇਲਾਂ 'ਚ ਕਿਹੜਾ ਅਮਿਤ ਸ਼ਾਹ ਜਾਂ ਮੋਦੀ ਨੇ ਬਹਿ ਕੇ ਜਾਣਾ ਸੀਗਾ, ਕਹਿੰਦੇ ਲੋਕ ਪਰੇਸ਼ਾਨ ਹੋ ਰਹੇ ਨੇ, ਜੇ ਉੱਥੇ ਤੱਕ ਮੈਸੇਜ ਪਹੁੰਚਾਉਣਾ, ਉਹਨਾਂ ਤੱਕ ਨੂੰ ਤੰਗ ਪਰੇਸ਼ਾਨ ਕਰਨਾ, ਤਾਂ ਫਿਰ ਕਹਿੰਦੇ ਦਿੱਲੀ ਵੱਲ ਨੂੰ ਕੂਚ ਕਰਨਾ ਚਾਹੀਦਾ। ਇਹ ਤਾਂ ਹੁਣ ਐਵੇਂ ਦੱਸੋ, ਹੁਣ ਹਰਿਆਣੇ ਦੇ ਲੋਕ ਨਹੀਂ ਪਰੇਸ਼ਾਨ ਹੋ ਰਹੇ, ਦੋਏ ਹੱਦਾਂ ਰੋਕੀਆਂ ਹੋਈਆਂ ਨੇ, ਲੋਕ ਤਾਂ ਉੱਥੇ ਵੀ ਰਹਿੰਦੇ ਹੋਣੇ, ਉਹ ਲੋਕ ਪਰੇਸ਼ਾਨ ਨਹੀਂ ਹੁੰਦੇ ਜਿਨ੍ਹਾਂ ਦੀਆਂ ਕਣਕਾਂ ਵੱਧੀਆਂ ਗਈਆਂ ਨੇ, ਪਰੇਸ਼ਾਨ ਤਾਂ ਲੋਕਾਂ ਨੇ ਹੋਣਾ। ਜਦੋਂ ਕੋਈ ਐਕਟੀਵਿਟੀ ਹੁੰਦੀ ਹੈ ਕਿਸੇ ਨਾ ਕਿਸੇ ਦਾ, ਅਸੀਂ ਨਹੀਂ ਪਰੇਸ਼ਾਨ ਹੁੰਦੇ, ਉੱਥੇ ਘਰ ਛੱਡ ਕੇ ਸੜਕਾਂ ਦੀਆਂ ਲੀਹਾਂ 'ਤੇ ਬੈਠੇ ਹਾਂ, ਪਰੇਸ਼ਾਨ ਤਾਂ ਹੁੰਦੀ ਹੁੰਦੇ, ਕਿਉਂਕਿ ਪਰੇਸ਼ਾਨ ਅਸੀਂ ਤਾਂ ਪਰੇਸ਼ਾਨੀ 'ਚੋਂ ਜੰਮੇ ਹੀ ਪਰੇਸ਼ਾਨੀ 'ਚੋਂ ਹਾਂ, ਸਾਡੇ ਤਾਂ ਨਿੱਤ ਪਰੇਸ਼ਾਨੀਆਂ, ਰੋਜ਼ ਹੀ ਪਰੇਸ਼ਾਨੀਆਂ ਰਹਿੰਦੀਆਂ ਨੇ। ਇਸ ਕਰਕੇ ਸਾਡੇ ਲੋਕਾਂ ਨੂੰ ਪਰੇਸ਼ਾਨੀਆਂ ਦੀ ਗੱਲ ਜਿਹੜੀ ਕਰਨੀ ਆਪ, ਹਾਂ ਵੱਡੇ ਲੋਕਾਂ ਨੂੰ ਹੋ ਸਕਦੀਆਂ ਨੇ ਕੋਈ ਪਰੇਸ਼ਾਨੀਆਂ ਹੋਣ, ਇਸ ਕਰਕੇ ਅਸੀਂ ਜਦੋਂ ਵੀ ਆਉਂਦੇ ਹਾਂ ਉਹਨਾਂ ਤੋਂ ਮਿੰਨਤਾਂ ਕਰਦੇ ਹਾਂ, ਪਹਿਲਾਂ ਕਹਿੰਦੇ ਹਾਂ ਭਾਈ ਤੁਸੀਂ ਆਪਣਾ ਬਚਾਅ ਰੱਖ ਲਓ, ਵੀ ਟ੍ਰਾਂਸਫਰ ਜੇ ਤੁਹਾਡਾ ਆਉਣਾ ਜਾਣਾ ਜਿਹੜਾ ਤੁਸੀਂ ਉਹ ਬਦਲ ਕੇ ਵਗ ਜਾਓ, ਅਸੀਂ ਕਰਦੇ ਹਾਂ, ਸਾਡੀ ਮਜਬੂਰੀ ਹੈ, ਇਹਦੇ ਤੋਂ ਬਿਨਾਂ ਸਾਡੀ ਗੱਲ ਨਹੀਂ ਕੋਈ ਸੁਣ। ਤੁਸੀਂ ਹਾਲਾਂਕਿ ਹੁਣੇ ਜ਼ਿਕਰ ਕਰ ਰਹੇ ਸੀ, ਕਹਿੰਦੇ ਕਿ MSP ਦੀ ਜਿਹੜੀ ਲੜਾਈ ਇਹਨਾਂ ਨੇ ਵਿੱਢ ਲਈ ਹੈ, ਇਹ ਇੰਨੀ ਕੋਈ ਸੌਖੀ ਲੜਾਈ ਨਹੀਂ, ਇਹ ਬਹੁਤ ਲੰਬਾ ਸਮਾਂ ਮੰਗਦੀ ਹੈ। ਹਾਲਾਂਕਿ ਖੇਤੀ ਕਾਨੂੰਨ ਤਾਂ ਰੱਦ ਕਰਾ ਕੇ ਕਿਸਾਨ ਵਾਪਸ ਪਰਤ ਗਏ ਸੀ, ਪਰ ਡੱਲੇਵਾਲ ਦੇ ਭੰਦੇਰ ਉਹਨਾਂ ਨੇ MSP ਨੂੰ ਗਰੰਟੀ ਦੇ ਤੌਰ ਦੇ ਉੱਤੇ ਲੈਣ ਦੇ ਲਈ ਇਹ ਲੜਾਈ ਵਿੱਢੀ ਹੈ। ਕੀ ਲੱਗਦਾ ਕਿ ਇਹ ਲੜਾਈ ਜਿਸ ਤਰੀਕੇ ਨਾਲ ਇਹਨਾਂ ਦੇ ਵੱਲੋਂ ਸ਼ੁਰੂ ਕੀਤੀ ਗਈ, ਸਮਾਂ, ਟਾਈਮਿੰਗ, ਇਹ ਸਭ ਕੁਛ, ਇਹ ਚੀਜ਼ਾਂ ਸਹੀ ਨਹੀਂ ਉਹਨਾਂ ਦੀ? ਇਹਨਾਂ ਨੇ ਨਹੀਂ ਵਿੱਢੀ, ਇਹ ਗਲਤ ਗੱਲ ਹੈ ਵੀ ਇਹਨਾਂ ਨੇ ਵਿੱਢੀ ਹੈ। ਇਹ ਤਾਂ ਸੰਯੁਕਤ ਮੋਰਚੇ ਦੀ, ਦਿੱਲੀ ਮੋਰਚੇ ਦੇ ਵਿੱਚ ਇਹ ਮੰਗ ਸੀ, ਇਹ ਤਾਂ ਉਦੋਂ ਦੀ ਵਿੱਢੀ ਹੋਈ ਹੈ ਸੰਯੁਕਤ ਮੋਰਚੇ ਦੀ ਮੰਗ, ਉਦੋਂ ਇਸ ਮੰਗ 'ਤੇ ਸਾਰੀਆਂ ਜਥੇਬੰਦੀਆਂ ਨੇ ਕਿਹਾ ਸੀ ਵੀ ਅਤੇ ਸੰਘਰਸ਼ ਕਰਾਂਗੇ, ਇਹ ਇਹਨਾਂ ਨੇ ਨਹੀਂ ਵਿੱਢੀ, ਇਹ ਤਾਂ ਸੰਯੁਕਤ ਮੋਰਚੇ ਦੀ ਮੰਗ ਹੈ, ਉਹਦੇ 'ਤੇ ਇਹ ਵੀ ਲੜ ਰਹੇ ਨੇ ਅਤੇ ਆਪਦੇ ਤੌਰ 'ਤੇ ਸੰਯੁਕਤ ਮੋਰਚਾ ਵੀ। ਜਿਹੜਾ ਇਹਨਾਂ ਨੇ ਆਪਣੇ ਤੌਰ ਦੇ ਉੱਤੇ ਹੁਣ ਇਹ ਪ੍ਰੋਟੈਸਟ ਕੀਤਾ, ਜੋ ਇਹ ਸ਼ੰਭੂ ਔਰ ਖਨੌਰੀ ਦੇ ਉੱਤੇ ਬੈਠ ਗਏ ਨੇ, ਮੈਂ ਇਸਦਾ ਹੀ ਜ਼ਿਕਰ ਕਰ ਰਿਹਾ, ਕੀ ਲੱਗਦਾ ਕਿ ਇਹਨਾਂ ਨੂੰ ਇਹ ਇਕੱਲੇ ਵੱਖ ਹੋ ਕੇ ਨਹੀਂ ਕਰਨਾ? ਇਹ ਆਪਾਂ ਕਿਵੇਂ ਕਹਿ ਸਕਦੇ ਹਾਂ, ਅਧਿਕਾਰ ਆ ਉਹਨਾਂ ਦਾ, ਆਪਾਂ ਕਹਿ ਨਹੀਂ ਸਕਦੇ ਇਹ ਗੱਲ ਵੀ ਤੁਸੀਂ ਕਿਉਂ ਕੀਤਾ ਇਹ। ਅਗਲਾ ਕਹਿੰਦਾ ਨਾ ਜੇ ਭਾਈ ਅਸੀਂ ਤਾਂ ਕਰਦੇ ਹਾਂ, ਤੂੰ ਕਰਦਾ ਨਹੀਂ, ਤੂੰ ਸਾਨੂੰ ਵੀ ਨਹੀਂ ਕਰਨ ਦਿੰਦਾ, ਇਸ ਕਰਕੇ ਐਂ ਸਾਨੂੰ ਕੋਈ ਅਧਿਕਾਰ ਨਹੀਂ ਕਿਸੇ ਨੂੰ ਇਹ ਕਹਿਣ ਦਾ ਵੀ ਤੁਸੀਂ ਇਕੱਲੇ ਕਿਉਂ ਕਰਦੇ ਹੋ। ਚੰਗੀ ਗੱਲ ਇਹ, ਕਿਉਂਕਿ ਗੱਲ ਇਹ ਹੈ ਵੀ ਜਿਹਦੀ ਸਰਕਾਰ ਹੈ, ਜਿਹੀ ਜਿਹੀ ਸਰਕਾਰ ਹੈ, ਉਹ ਸਰਕਾਰ ਦੇ ਨਾਲ ਜਦੋਂ ਮੱਥਾ ਕੋਈ ਲਾਉਣਾ ਹੈ, ਸਾਰੇ ਇਕੱਠੇ ਹੋ ਕੇ ਚਲੇ ਜਾਂਦੇ ਤਾਂ ਬਹੁਤ ਵਧੀਆ ਗੱਲ ਹੁੰਦੀ। ਤੁਸੀਂ ਕਿਹਾ ਸਾਰੇ ਇਕੱਠੇ ਚਲੇ ਜਾਂਦੇ, ਵਧੀਆ ਗੱਲ ਹੁੰਦੀ, ਤਾਂ ਕੀ ਇਕੱਠੇ ਹੋ ਸਕਦੇ ਹੋ ਕਿ ਸ਼ੰਭੂ ਅਤੇ ਖਨੌਰੀ ਦੇ ਉੱਤੇ ਇਕੱਠੇ ਹੋ ਸਕਦੇ? ਕਮੇਟੀ ਬਣਾ ਦਿੱਤੀ ਹੈ, ਪਰ ਐਵੇਂ ਨਾ ਹੋਵੇ ਕਿ ਸਮਾਂ ਕਮੇਟੀਆਂ ਹੀ ਵਿਅਰਥ ਕਰ ਦੇਣ, ਸਮਾਂ ਕਮੇਟੀਆਂ 'ਚ ਨਿਕਲ ਜੇ ਔਰ ਉੱਥੇ ਜਦੋਂ ਲੋੜ ਪਈ ਹੋਵੇ, ਜਦੋਂ ਜਿਸ ਵੇਲੇ ਲੋੜ ਹੈ ਉੱਥੇ ਨਾ ਜਾ ਸਕੋ, ਬਾਅਦ ਦੇ ਵਿੱਚ ਕਮੇਟੀ ਕਹਿ ਦੇ ਕਿ ਹਾਂ ਜੀ ਅਸੀਂ ਹੁਣ ਚਲੇ। ਦੇਖੋ ਸਾਥੀ, ਉਪਰਾਲਾ ਕਰਨਾ ਤਾਂ ਬਣਦੀ ਹੈ, ਐਵੇਂ ਆਪਾਂ ਪਹਿਲਾਂ ਹੀ ਰੱਦ ਕਰ ਦਈਏ ਵੀ ਪਤਾ ਨਹੀਂ ਇੱਕ ਤਾਂ ਹੋਊ ਕਿ ਨਹੀਂ ਹੋਊ, ਪਤਾ ਨਹੀਂ ਇਕੱਠੇ ਹੋਣਗੇ ਕਿ ਨਹੀਂ ਹੋਏ, ਫਿਰ ਤਾਂ ਪ੍ਰੋਸੈਸ ਚਲਾਉਣ ਦਾ ਤਰੀਕਾ ਨਹੀਂ, ਫਿਰ ਤਾਂ ਹੌਸਲਾ ਨਹੀਂ ਕਿਸੇ ਦਾ ਪੈਣਾ। ਕੋਸ਼ਿਸ਼ ਤਾਂ ਕੀਤੀ ਹੈ ਨਾ, ਇਹ ਗੱਲ ਤਾਂ ਉੱਠੀ ਹੈ ਨਾ ਵੀ ਆਪਾਂ ਯਾਰ ਇਕੱਠੇ ਹੋਈਏ, ਇੱਕ ਲੋੜ ਤਾਂ ਬਣੀ ਹੈ ਨਾ, ਕਿਉਂਕਿ ਅਟੈਕ ਜਦੋਂ ਬਹੁਤ ਗੱਲਾਂ ਦੁਸ਼ਮਣ ਸਿਖਾਉਂਦਾ, ਬਹੁਤ ਸਾਰੀਆਂ ਗੱਲਾਂ ਸਾਨੂੰ ਦੁਸ਼ਮਣ ਸਿਖਾਉਂਦਾ ਜਿਹੜੀਆਂ ਉਹ ਨਹੀਂ ਸਮਝ ਆਉਂਦੀਆਂ, ਜਦੋਂ ਸਾਨੂੰ ਇਕੱਲੇ ਇਕੱਲੇ ਨੂੰ ਕੁੱਟਦਾ ਦੁਸ਼ਮਣ, ਉਦੋਂ ਸਾਨੂੰ ਫਿਰ ਇਹ ਗੱਲ ਆਉਂਦੀ ਵੀ ਜੇ ਸਾਰੇ ਇਕੱਠੇ ਹੁੰਦੇ। ਸਾਨੂੰ ਵਕਤ ਦੇ ਉੱਤੇ ਗੱਲਾਂ ਸਖ਼ਤ ਵਕਤ ਸਿਖਾਉਂਦਾ ਕਦੇ ਕਦੇ, ਇਸ ਕਰਕੇ ਉਹਦੇ 'ਚੋਂ ਜੇ ਸਾਰਿਆਂ ਨੂੰ ਗੱਲ ਉੱਠੀ ਆ ਵੀ ਜਾਂ ਨੁਕਸਾਨ ਹੋ ਗਿਆ, ਨੁਕਸਾਨ ਹੁੰਦਾ ਇਕੱਲੇ ਇਕੱਲੇ ਲੜਨ ਨਾਲ ਸਾਡਾ ਵੀ ਨੁਕਸਾਨ ਹੋ ਜੂਗਾ। ਇਕੱਠੇ ਕਰਨ ਦਾ ਜੇ ਤਰੀਕੇ ਵੀ ਗੱਲ ਸੋਚੀ ਹੈ ਜਾਂ ਗੱਲ ਚਲਾਈ ਹੈ, ਕਮੇਟੀ ਬਣੀ ਹੈ, ਚੱਲ ਲੱਗ ਜੂਗਾ, ਕੋਈ ਗੱਲ ਨਹੀਂ, ਟਾਈਮ ਗੱਲ ਤਾਂ ਚਲੂਗੀ। ਕੀ ਲੱਗਦਾ ਕਿ ਕਿਸ
ਟਾਈਮ ਬੌਂਡ ਦੇ ਵਿੱਚ ਇਹ ਗੱਲ ਦੇ ਉੱਤੇ ਨਤੀਜਾ ਆ ਜਾਣਾ ਚਾਹੀਦਾ ਹੈ, ਔਰ ਕਦੋਂ ਅਗਲੀ ਕਾਲ ਦੇ ਦੇਣੀ ਚਾਹੀਦੀ ਹੈ ਕਿ ਆਪਾਂ ਉੱਥੇ ਜਾਣਾ ਜਾਂ ਨਹੀਂ ਜਾਣਾ, ਕਲੀਅਰ ਜਦੋਂ ਕਰ ਦੇਣਾ ਚਾਹੀਦਾ ਹੈ, ਕਿਉਂਕਿ ਕਾਡਰ ਬਹੁਤ ਸਾਰਾ ਗੁਰਾਂ ਸਾਹਿਬ ਇੰਤਜ਼ਾਰ ਕਰ ਰਿਹਾ, ਤੁਹਾਡਾ ਵੀ ਕਾਡਰ ਇੰਤਜ਼ਾਰ ਕਰਦਾ ਹੋਊਗਾ, ਸ਼ਾਇਦ ਤੁਹਾਨੂੰ ਵੀ ਮੈਸੇਜ ਆਉਂਦੇ ਹੋਣਗੇ, ਲੋਕ ਸੁਨੇਹੇ ਵੀ ਦਿੰਦੇ ਹੋਣਗੇ ਕਿ ਆਪਾਂ ਨੂੰ ਜਾਣਾ ਚਾਹੀਦਾ। ਦੇਖੋ, ਸਾਡੇ ਕਾਡਰ ਦੇ ਵਿੱਚ ਸਾਡਾ ਇਹੋ ਜਿਹਾ ਕੋਈ ਅਣਜਾਣ ਕਾਡਰ ਨਹੀਂ ਹੈ, ਸਾਡਾ ਕਾਡਰ ਕੋਈ ਕਾਹਲੀ ਨਾਲ ਸਟੈਪ ਨਹੀਂ ਲੱਗਦਾ, ਸਾਡੇ ਕਾਡਰ ਨੇ ਕਦੇ ਸਾਨੂੰ ਮਜਬੂਰ ਨਹੀਂ ਕੀਤਾ, ਕਿਉਂਕਿ ਅਸੀਂ ਹਰ ਗੱਲ ਨੂੰ ਅਸੀਂ ਘਸੀਟੇ ਨਹੀਂ ਜਾਂਦੇ, ਅਸੀਂ ਕਿਤੇ ਧੂਏ ਨਹੀਂ ਜਾਂਦੇ, ਅਸੀਂ ਜਦੋਂ ਕਿਸੇ ਗੱਲ ਨੂੰ ਵਿਚਾਰ ਕੇ ਉਹਦਾ ਐਨਾਲਿਸਿਸ ਕਰਦੇ ਹਾਂ, ਆਪਦੇ ਕੇਡਰ ਨੂੰ ਸਾਰੀ ਗੱਲ ਦੱਸ ਦਿੰਦੇ ਹਾਂ ਵੀ ਆਹ ਗੱਲ ਭਾਈ ਐਂ ਹੈ, ਅਸੀਂ ਨਹੀਂ ਕਦੇ ਆਏ ਵੀ ਆਹ ਕੌਮੀ ਇਨਸਾਫ ਮੋਰਚੇ ਵਾਲਿਆਂ ਨੇ ਮੋਰਚਾ ਲਾਇਆ, ਅਸੀਂ ਨਹੀਂ ਆਏ, ਇਹਦੇ 'ਚ ਕਾਰਨ ਇਹ ਸੀ, ਇਹ ਨਹੀਂ ਸੀ ਵੀ ਅਸੀਂ ਜਿਹੜੇ 'ਚ ਕੈਦੀ ਛਡਾਉਣਾ ਨਹੀਂ ਸੀ ਚਾਹੁੰਦੇ, ਅਸੀਂ ਆਪਦੇ ਤੌਰ 'ਤੇ ਕਿਹਾ ਵੀ ਕਾਡਰ ਨੂੰ ਹੁਣ ਕੀ ਸਮਝਾ ਰਹੇ ਹੋ ਕਿ ਇਸ ਮੋਰਚੇ ਤੋਂ ਐਨਾਲਿਸਿਸ ਕਰਕੇ ਤੁਸੀਂ ਉਹਨਾਂ ਨੂੰ ਕੀ ਦੱਸ ਰਹੇ ਹੋ, ਆਪਣੇ ਜਾਣ ਦਾ ਕਾਡਰ ਨੂੰ ਕੀ ਜਵਾਬ ਦੇ ਰਹੇ ਹੋ ਕਿ ਅਸੀਂ ਇਸ ਕਰਕੇ ਨਹੀਂ ਜਾ ਰਹੇ? ਸਵਾਲ ਹੀ ਨਹੀਂ ਸਾਡੇ ਕੋਲ ਉੱਠਦਾ ਵੀ ਤੁਸੀਂ ਕਿਉਂ ਨਹੀਂ ਜਾ ਰਹੇ, ਕਿਉਂਕਿ ਅਸੀਂ ਤਾਂ ਐਕਟਿਵ ਹੀ ਹਾਂ, ਅਸੀਂ ਤਾਂ ਫੀਲਡ 'ਚ ਹਾਂ, ਅਸੀਂ ਤਾਂ ਕਦੇ ਗੈਰ ਹਾਜ਼ਰ ਹੋਏ ਨਹੀਂ, ਅਸੀਂ ਤਾਂ 12 ਨੂੰ ਫੀਲਡ 'ਚ, 13 ਨੂੰ ਫੀਲਡ 'ਚ, 14 ਨੂੰ ਫੀਲਡ 'ਚ, 15 ਨੂੰ ਫੀਲਡ 'ਚ, ਅਸੀਂ ਤਾਂ 14 ਨੂੰ, ਦੇਖੋ 14 ਨੂੰ ਮੈਦਾਨ 'ਚ ਸੀ ਅਸੀਂ, 13 ਨੂੰ ਅਸੀਂ ਮੈਦਾਨ 'ਚ ਸੀ, 12 ਨੂੰ ਅਸੀਂ ਮੈਦਾਨ 'ਚ, 15 ਨੂੰ ਮੈਦਾਨ 'ਚ, 16 ਨੂੰ ਮੈਦਾਨ 'ਚ, 17, 18 'ਚ 22 ਹੋ ਗਈ, ਅਸੀਂ ਤਾਂ ਕਦੇ ਗੈਰ ਹਾਜ਼ਰ ਹੀ ਨਹੀਂ ਫੀਲਡ 'ਚ। ਇਸ ਤੋਂ ਇਲਾਵਾ ਵੀ ਹੁਣ ਅੱਗੇ ਵੀ ਇਸੇ ਤਰੀਕੇ ਦੇ ਨਾਲ ਪ੍ਰੋਟੈਸਟ ਚੱਲਦਾ ਰਹੂਗਾ ਤੁਹਾਡਾ? ਕਿਉਂ ਨਹੀਂ ਚੱਲੂਗਾ, ਚੱਲੇਗਾ, ਇਕੱਠੇ ਹੋ ਸਕਦੇ ਹਾਂ, ਕੀ ਲੱਗਦਾ ਤੁਹਾਨੂੰ? ਕੁਸ਼ਚਨ ਹੈ, ਕੁਛ ਕਰਾਂਗੇ ਇਕੱਠੇ, ਹੋਣਾ ਚਾਹੀਦਾ ਵੀ ਇਹ, ਹੋਣਾ ਚਾਹੀਦਾ, ਕਿਉਂ ਨਹੀਂ ਹੋਣਾ ਚਾਹੀਦਾ? ਅੱਜ ਬਹੁਤ ਸਾਰੇ ਜਥੇਬੰਦੀਆਂ ਨੇ ਕਿਹਾ ਕਿ ਆਪਾਂ ਨੂੰ ਜਾਣਾ ਚਾਹੀਦਾ, ਉੱਥੇ ਸਮਰਥਨ ਦੇਣਾ ਚਾਹੀਦਾ। ਦੇਖੋ, ਸਮਰਥਨ ਦੇਣ ਤੋਂ ਤਰੀਕੇ ਨੇ ਹਰੇਕ ਦੇ, ਅਸੀਂ ਕਦੋਂ ਰੋਕਦੇ, ਅਸੀਂ ਤਾਂ ਕਿਸੇ ਨੂੰ ਪੁੱਛੇ ਨਹੀਂ ਵੀ ਸਮਰਥਨ ਦੇਈਏ ਕਿ ਨਾ ਦੇਈਏ, ਅਸੀਂ ਤਾਂ ਦੇ ਤਾ, ਜੇ ਕਿਸੇ ਨੇ ਸਮਰਥਨ ਦੇਣਾ, ਕਿਸੇ ਨੇ ਭਲਾ ਚੰਗੇ ਕੰਮ ਕਰਨੇ ਨੇ, ਕਿਸੇ ਦੇ ਜੇ ਹਾਰਾ ਨਾਰਾ ਮਾਰਦਾ ਕੋਈ, ਇੱਥੇ ਤਾਂ ਆਗਿਆ ਲੈਣ ਦੀ ਥੋੜ੍ਹੀ ਲੋੜ ਹੈ ਵੀ ਭਾਈ ਕਿਸੇ ਦੀ ਮਦਦ ਕਰਨੀ ਹੈ ਜੀ, ਆਗਿਆ ਲੈਣ ਦੀ ਲੋੜ ਨਹੀਂ। ਠੀਕ ਹੈ, ਤਾਂ ਖਾਸ ਤੌਰ ਦੇ ਉੱਤੇ ਜੋਗਿੰਦਰ ਸਿੰਘ ਰਾਹਾਂ ਕਹਿ ਰਹੇ ਨੇ ਕਿ ਕਮੇਟੀ ਬਣਾ ਲਿੱਤੀ ਹੈ, ਕਮੇਟੀ ਹੁਣ ਫੈਸਲਾ ਲਊਗੀ ਕਿ ਕਿਸ ਤਰੀਕੇ ਦੇ ਨਾਲ ਅਗਲੀ ਰੂਪਰੇਖਾ ਤੈਅ ਕਰਨੀ ਹੈ, ਕਿਵੇਂ ਅੱਗੇ ਦੀ ਰੂਪਰੇਖਾ ਤੈਅ ਕਰਕੇ ਜੋ ਸ਼ੰਭੂ ਅਤੇ ਖਨੌਰੀ ਜਾਣ ਦਾ ਫੈਸਲਾ ਹੈ, ਜੋ ਹਮਾਇਤ ਦੇਣ ਦਾ ਫੈਸਲਾ ਹੈ, ਉਹ ਕਮੇਟੀ ਨੇ ਹੁਣ ਕਦੋਂ ਕਰਨਾ, ਉਹ ਦੇਖੋ ਆਉਣ ਵਾਲਾ ਸਮਾਂ ਦੱਸੂਗਾ। ਕੈਮਰਾ ਪਰਸਨ ਦਵਿੰਦਰ ਨਾਲ ਗਗਨਦੀਪ ਸਿੰਘ, ਪ੍ਰੋ ਪੰਜਾਬ।